और एक लेव बड़े मासूम ने ਸਾਡੇ ਸਿੰਘੇ ਬੜੇ ਮਾਸੂਮ ਹੁੰਦੇ ਨੇ ਪਤਾ ਨਹੀਂ ਕੀ ਗੱਲ ਹੈ ਮਾਸੂਮ ਹੋ ਗਏ ਨੇ ਬੜੇ ਉਮਰ ਕੀ ਹੈ ਤੁਹਾਡੀ 18 ਸਾਲ 20 ਸਾਲ ਤੋਂ ਗਾ ਰਹੇ ਹੋ ਤੇ ਕਦੋਂ ਤੋਂ ਗਾਣਾ ਸ਼ੁਰੂ ਕਰ ਦਿੱਤਾ ਸੀ ਗਾਣਾ ਤਕਰੀਬਨ ਮੇਰੇ ਖਿਆਲ 5 ਸਾਲ ਪਹਿਲੇ 5 ਸਾਲ ਪਹਿਲੇ ਗਾਣਾ ਸ਼ੁਰੂ ਕੀਤਾ ਸੀ ਤੇ 18 ਕਿਸ ਉਮਰ ਵਿੱਚ ਸਟਾਰਟ ਕਰ ਦਿੱਤਾ ਸੀ 5 ਸਾਲ ਪਹਿਲੇ ਮੈਂ ਨਾਨ ਕਮਰਸ਼ੀਅਲ ਸਾਂ ਔਰ ਤਕਰੀਬਨ 18 20 ਸਾਲ ਮੈਨੂੰ ਹੁਣ ਪ੍ਰੋਪਰ ਲੀਗਲੀ ਕਮਰਸ਼ੀਅਲ ਵਿੱਚ ਆਇਆ ਹੋਇਆ ਤੇ ਕਿਸ ਉਮਰ ਵਿੱਚ ਗਾਣਾ ਸ਼ੁਰੂ ਕੀਤਾ ਸੀ ਮੇਰਾ ਖਿਆਲ ਹੈ ਕੋਈ 30 ਜਾਂ 32 ਸੌਰੀ ਨਹੀਂ 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 ਸੌਰੀ ਜ਼ਿਆਦਾ ਹੋ ਗਈ ਜ਼ਿਆਦਾ 5 ਖੈਰ ਅਸੀਂ ਤਾਂ ਉਮਰ ਨਹੀਂ ਛੁਪਾਉਂਦੇ ਉਮਰ ਤੇ ਔਰਤਾਂ ਛੁਪਾਉਂਦੀਆਂ ਅਸੀਂ ਮਰਦ ਲੋਕ ਉਮਰ ਨਹੀਂ ਛੁਪਾਉਂਦੇ ਜਫਾਏ ਕਰੋ ਤੁਮ ਵਫਾ ਹਮ ਕਰੇਂਗੇ ਮੈਂ ਵੀ ਕਿਹਾ ਬੜੀ ਮਜ਼ੇ ਦੀ ਗੱਲ ਹੈ ਕਿ ਵਫਾ ਕਰੋ ਤੁਮ ਜਫਾ ਹਮ ਕਰੇਂਗੇ ਜਫਾਏ ਤੁਮ ਕਰੋ ਵਫਾ ਹਮ ਕਰੇਂਗੇ ਪਹਿਲਾ ਗਾਣਾ ਸੀ ਪਾਕਿਸਤਾਨ ਦੇ ਬਹੁਤ ਬੜੇ ਔਰ ਬਹੁਤ ਮਸ਼ਹੂਰ ਸ਼ਾਇਰ ਇਸ਼ਰਤ ਗੋਦਰੀ ਸਾਹਿਬ ਜਿਨ੍ਹਾਂ ਦਾ ਮੇਰਾ ਇੱਕ ਕਲਾਮ ਨਹੀਂ ਤਕਰੀਬਨ 70-80 ਸੌਂਗ ਜਿਹੜੇ ਹਨ ਉਹ ਸੁਪਰ ਹਿੱਟ ਟੂ ਸੁਪਰ ਹਿੱਟ ਹੋ ਗਏ ਸੀ ਸਾਰੇ ਸੋਨਿਕ ਦੇ ਐਲਬਮ ਵੀਡੀਓ ਸਾਈਡ ਤੇ ਹੁਣ ਦੇ ਰਹੇ ਹਾਂ ਅਸੀਂ ਜਿਹੜੀ ਸ਼ੋਹਰਤ ਪਾਈ ਹੈ ਮੇਰੇ ਖਿਆਲ ਬਹੁਤ ਪਾਕਿਸਤਾਨ ਵਿੱਚ ਬਹੁਤ ਕਮ ਫਨਕਾਰ ਹਨ ਜਿਨ੍ਹਾਂ ਨੇ ਆਡੀਓ ਤੋਂ ਇੰਨੀ ਸ਼ੋਹਰਤ ਪਾਈ ਹੋਵੇ ਅਸੀਂ ਸਾਡੀ ਸ਼ੋਹਰਤ ਜਿਹੜੀ ਵੀ ਹੈ ਅੱਜ ਉਹ ਸਾਰੀ ਆਡੀਓ ਤੋਂ ਹੈ ਵੀਡੀਓ ਕਿਤੇ ਲੇਕਿਨ ਇਤਨੇ ਨਹੀਂ ਜਿਤਨੇ ਮਤਲਬ ਮੈਨੂੰ ਕਰਨੇ ਚਾਹੀਦੇ ਸਨ ਔਰ ਜਿੰਨਾ ਮੈਨੂੰ ਚੈਨਲ ਸੇ ਆਉਣਾ ਚਾਹੀਦਾ ਸੀ ਮੈਂ ਇਤਨਾ ਨਹੀਂ ਆਇਆ ਔਰ ਹੁਣ ਮੈਂ ਟਾਈਮ ਦੇ ਰਿਹਾ ਪ੍ਰੋਪਰ ਟਾਈਮ ਦੇ ਰਿਹਾ ਚੈਨਲਸ ਨੂੰ ਵੀ ਜੀ ਕਹਿੰਦੇ ਨੇ ਕਿ ਜੀ ਨਾ ਅਸੀਂ ਪ੍ਰੋਪਰ ਟਾਈਮ ਹੁਣ ਦੇ ਰਹੇ ਹਾਂ ਚੈਨਲਸ ਨੂੰ ਤੇ ਬਿਲਕੁਲ ਸਹੀ ਗੱਲ ਹੈ ਦੇਣਾ ਵੀ ਚਾਹੀਦਾ ਹੈ ਇੰਨੀ ਸੋਹਣੀ ਆਵਾਜ਼ ਤੇ ਇੰਨੀ ਅੱਛੀ ਚੀਜ਼ ਨੂੰ ਸਾਹਮਣੇ ਆਉਣਾ ਚਾਹੀਦਾ ਬਟ ਵੀ ਵਿਲ ਟੇਕ ਆ ਸ਼ਾਰਟ ਪਲੇ ਬ੍ਰੇਕ ਐਂਡ ਮਿਲਨੇ ਆ ਸ਼ਾਰਟ ਬ੍ਰੇਕ ਤੋਂ ਬਾਅਦ This break is brought to you by Habib Cooking Oil. ਵੈਲਕਮ ਬੈਕ ਇੱਕ ਵਾਰ ਫਿਰ ਤੁਹਾਡੀ ਹੋਸਟ ਨਾਲਾ ਮੌਜੂਦ ਹੈ ਹਬੀਬ ਦੇ ਕਿਚਨ ਵਿੱਚ ਜਨਰਲੀ ਤੁਹਾਡੇ ਆਪਣੇ ਕਿਚਨ ਵਿੱਚ ਕਹਿੰਦੇ ਨੇ ਕਿ ਜੀ ਹਬੀਬ ਜਿਸ ਕਿਚਨ ਵਿੱਚ ਆ ਜਾ ਉਸ ਕਿਚਨ ਨੂੰ ਕੈਪਚਰ ਕਰ ਲੈਂਦਾ ਯਾਨੀ ਕਿ ਆਪਣਾ ਬਣਾ ਲੈਂਦਾ ਬਲਕਿ ਜਿਸ ਕਾਰ ਵਿੱਚ ਆ ਜਾ ਉਸ ਜ਼ਿਲ੍ਹਾ ਨੂੰ ਕੈਪਚਰ ਕਰ ਲੈਂਦਾ ਲੋਕਾਂ ਦੇ ਜ਼ਿਲ੍ਹਾ ਨੂੰ ਕੈਪਚਰ ਕਰ ਲੈਂਦਾ ਕਿਉਂਕਿ ਹਬੀਬ ਕਹਤਾ ਇਹ ਹੈ ਦਿਲ ਦਾ ਮਾਮਲਾ ਤੇ ਜਿੱਥੇ ਦਿਲ ਦਾ ਮਸਲਾ ਆ ਜਾ ਉੱਥੇ ਕੁਝ ਹੋਰ ਨਹੀਂ ਦੇਖਿਆ ਜਾਂਦਾ ਧੜਕ ਧੜਕ ਸਿਰਫ ਦਿਲ ਧੜਕਦੇ ਨੇ ਧੜਕ ਧੜਕ ਸੋ ਜਨਾਬ ਦਿਲ ਧੜਕੇ ਧੜਕ ਧੜਕ ਤੇ ਅਸੀਂ ਜਨਾਬ ਚੱਲੇ ਹਾਂ ਸਲੀਮ ਵੱਲ ਤੇ ਉਹਨਾਂ ਕੋਲੋਂ ਪੁੱਛਣੇ ਬੜੀ ਹੀ ਮਜ਼ੇਦਾਰ ਤੇ ਸੁਣੀ ਸੁਣੀ ਤੇ ਸੁਣੀ ਸੁਣੀ ਖੁਸ਼ਬੂਆਂ ਸਾਡੀਆਂ ਆ ਰਹੀਆਂ ਨੇ ਅਸੀਂ ਚੱਲੇ ਸਲੀਮ ਵੱਲ ਤੇ ਉਹਨਾਂ ਕੋਲੋਂ ਪੁੱਛਣੇ ਉਹਨਾਂ ਦਾ ਖਾਣਾ ਕਿੱਥੋਂ ਤੱਕ ਪਹੁੰਚਿਆ ਜੀ ਮਸਾਲਾ ਤਿਆਰ ਹੋ ਗਿਆ ਜੀ ਹਾਂ ਹੁਣ ਜੀ ਚਿਕਨ ਐਡ ਕਰਾਂਗੇ ਉਸ ਤੋਂ ਬਾਅਦ ਬਸ 15 ਮਿੰਟ ਤਿਆਰ ਹੋ ਗਿਆ ਤੇ ਚਿਕਨ ਵੈਸੇ ਤੁਹਾਡੀ ਗੱਲ ਮੰਨਦੇ ਜਲਦੀ ਪੱਕ ਜਾਏਗਾ ਜਾਂ ਸੈਸੀ ਚਿਕਨ ਹੈ ਠੀਕ ਹੈ ਜੀ ਇਹ ਚਿਕਨ ਦੀ ਮਰਜ਼ੀ ਹੈ ਅਗਰ ਉਹ ਜਲਦੀ ਪੱਕ ਤੁਹਾਡੀ ਮਰਜ਼ੀ ਕੀ ਹੈ ਮੇਰਾ ਖਿਆਲ ਹੈ ਜਲਦੀ ਪੱਕ ਜਾਏ ਤੁਹਾਡਾ ਖਿਆਲ ਹੈ ਤੁਹਾਨੂੰ ਵੀ ਯਕੀਨ ਨਹੀਂ ਜੀ ਇਹਨਾਂ ਨੂੰ ਵੀ ਯਕੀਨ ਨਹੀਂ ਲੇਕਿਨ ਚਿਕਨ ਤੁਹਾਨੂੰ ਪਤਾ ਕਿ ਬਹੁਤ ਜਲਦੀ ਪੱਕ ਜਾਂਦਾ ਹੈ ਜਿਸ ਤਰ੍ਹਾਂ ਅੱਜ ਕੱਲ੍ਹ ਬੋਇਲਰ ਚਿਕਨ ਹੈਗੇ ਨੇ ਤੁਹਾਨੂੰ ਥੋੜ੍ਹੀ ਥੋੜ੍ਹੀ ਹੈਲਥ ਟਿਪਸ ਮੈਂ ਦਿੰਦੀ ਰਹਿੰਦੀ ਹਾਂ ਕਿ ਉਹ ਬਹੁਤ ਜਲਦੀ ਪੱਕ ਜਾਂਦੇ ਨੇ ਸੋ ਅਗਰ ਤੁਸੀਂ ਮਸਾਲਾ ਪਹਿਲੇ ਬਣਾ ਇਸੇ ਲਈ ਅਸੀਂ ਮਸਾਲਾ ਪਹਿਲੇ ਬਣਾ ਲੈਂਦੇ ਹਾਂ ਤਾਂ ਕਿ ਚਿਕਨ ਜਿਹੜਾ ਉਹ ਜਲਦੀ ਨਾਲ ਪੱਕ ਜਾਵੇ ਜਲਦੀ ਗਲ ਜਾਂਦਾ ਹੈਗਾ ਜਨਾਬ ਇਹ ਬਣਾ ਰਹੇ ਨੇ ਚਿਕਨ ਅਤੇ ਅਸੀਂ ਕਰੇ ਬੜੀ ਮਜ਼ੇ ਮਜ਼ੇ ਦੀ ਗੱਲਾਂ ਸ਼ਾਹਿਦ ਖਾਨ ਸਾਹਿਬ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਚੱਲ ਕੇ ਉਹਨਾਂ ਦੇ ਕੋਈ ਛੋਟੇ ਛੋਟੇ ਗਾਣੇ ਸੁਣ ਲਈਏ ਤਾਂ ਕਿ ਹਬੀਬ ਦਾ ਜਿਹੜਾ ਲੋਗੋ ਹਬੀਬ ਦਾ ਜਿਹੜਾ ਗਾਣਾ ਹੈਗਾ ਹਬੀਬ ਖਾਨਾ ਦੇ ਗਾਣਾ ਉਹ ਪੂਰਾ ਹੋ ਜਾਵੇ ਅੱਛਾ ਤੇ
ਤੁਸੀਂ ਦੱਸਿਆ ਕਿ ਇਹਨੇ ਸਾਲ ਪਹਿਲੇ ਤੁਸੀਂ ਜਦੋਂ ਸ਼ਾਇਰੀ ਸ਼ੁਰੂ ਕੀਤੀ ਤੇ ਪਲੇਬੈਕ ਸਿੰਗਿੰਗ ਦੀ ਸਾਈਡ ਤੇ ਕਿਸ ਤਰ੍ਹਾਂ ਆਏ? ਬਸ ਜਦੋਂ ਗਾਣੇ ਮਸ਼ਹੂਰ ਹੋਏ ਤੇ ਆਪਣੇ ਆਪ ਹੀ ਫਿਲਮ ਵਿੱਚ ਆ ਗਏ। ਅੱਛਾ, ਲੈਟ ਐਸ ਅਸੋ ਕਿ ਪਲੇਬੈਕ ਸਿੰਗਿੰਗ ਜ਼ਿਆਦਾ ਡਿਫਿਕਲਟ ਹੈ, ਲਾਈਵ ਕਨਸਰਟਸ ਕਰਨਾ ਜ਼ਿਆਦਾ ਮੁਸ਼ਕਿਲ ਹੈ ਕਿ ਇੱਕ ਨਿੱਜੀ ਮਹਿਫਿਲ ਕਰਨਾ ਜ਼ਿਆਦਾ ਮੁਸ਼ਕਿਲ ਹੈ? ਮੁਸ਼ਕਿਲ ਤੇ ਤਿੰਨੋਂ ਹਨ, ਲੇਕਿਨ ਜ਼ਿਆਦਾ ਜਿਹੜਾ ਹੈ ਲਾਈਵ ਕਨਸਰਟ। ਅੱਛਾ, ਹਾਂ ਉਹ ਜ਼ਿਆਦਾ ਥੋੜਾ ਜਿਹਾ, ਲੇਕਿਨ ਉਹਨੇ ਬੜਾ ਜਲਦੀ ਤੇ ਰੈਪਿਡਲੀ ਤੁਹਾਨੂੰ ਰਿਸਪਾਂਸ ਵੀ ਮਿਲ ਜਾਂਦਾ ਨਾ? ਰਿਸਪਾਂਸ ਵੀ ਮਿਲਦਾ ਹੈ, ਲੇਕਿਨ ਉਸੇ ਟਾਈਮ ਪਤਾ ਚੱਲਦਾ ਨਾ ਚੰਗਾ ਗਾਇਆ ਕਿ ਨਹੀਂ ਗਾਇਆ। ਹਾਂ ਬਿਲਕੁਲ, ਲੋਕਾਂ ਦਾ ਉਸੇ ਟਾਈਮ ਤਾਲੀਆਂ ਤੇ ਓਏ ਓਏ ਜਾਂ ਸਭ ਕੁਝ ਦੱਸ ਦਿੰਦਾ ਕਿ ਲੋਕਾਂ ਨੂੰ ਕਿਸ ਕਿੰਨਾ ਪਸੰਦ ਆਇਆ ਕਿ ਨਹੀਂ ਆਇਆ। ਬਿਲਕੁਲ, ਹਾਂ ਮਤਲਬ ਰਿਟਰਨ ਇੱਕਦਮ ਮਿਲ ਜਾਂਦਾ ਹੈ। ਅੱਛਾ, ਸਭ ਤੋਂ ਪਹਿਲੇ ਜਦੋਂ ਗਾਣਾ ਕਰਦੇ ਹੋ, ਆਪਣਾ ਨਿਆ ਗਾਣਾ ਕੋਈ ਕਰਦੇ ਹੋ, ਤੇ ਕੀ ਸਭ ਤੋਂ ਪਹਿਲੇ ਕਿਹਨੂੰ ਸੁਣਾਉਂਦੇ ਹੋ, ਕਿਹਦੇ ਤੇ ਜ਼ਿਆਦਾ ਬਲੀਵ ਕਰਦੇ ਹੋ ਕਿ ਇਹਨੂੰ ਸੁਣਾਵਾਂਗਾ ਇਹ ਬੜਾ ਪੋਜ਼ਿਟਿਵ ਮੈਨੂੰ ਜਵਾਬ ਦੇਗਾ, ਸਹੀ ਦੱਸੇਗਾ, ਸਹੀ ਸਹੀ ਦੱਸੇਗਾ ਕਿ ਅੱਛਾ ਹੈਗਾ ਕਿ ਨਹੀਂ ਹੈਗਾ? ਬਸ ਉਹ ਸਾਡੇ ਮਿਊਜ਼ਿਕ ਡਾਇਰੈਕਟਰ ਸਾਹਿਬ ਜਿਹੜੇ ਕੰਪੋਜ਼ ਕਰਦੇ ਆ, ਗਾ ਲੈਂਦੇ ਕੰਪਲੀਟ ਹੋ ਜਾਂਦਾ ਗਾਣਾ, ਤੇ ਸਭ ਤੋਂ ਪਹਿਲੇ ਕਿਹਨੂੰ ਸੁਣਾਉਣ ਦੀ ਕੋਸ਼ਿਸ਼ ਕਰਦੇ, ਕੀ ਡਿਜ਼ਾਇਰ ਕੀ ਹੁੰਦੀ ਕਿ ਕਿਹਨੂੰ ਸੁਣਾਵਾਂ ਮੈਂ ਸਭ ਤੋਂ ਪਹਿਲੇ? ਸਭ ਤੋਂ ਪਹਿਲੇ ਸ਼ਾਦੀ ਤੋਂ ਪਹਿਲੇ, ਸ਼ਾਦੀ ਤੋਂ ਬਾਅਦ ਦੋਨੋਂ ਦਾ ਦੱਸ ਦੇਣਾ, ਆਪਣੇ ਆਪ ਨੂੰ ਸੁਣਾਉਂਦੇ ਆ। ਹਾਂ, ਉਸ ਤੋਂ ਬਾਅਦ ਫਿਰ ਕੋਸ਼ਿਸ਼ ਕਰਦੇ ਆ ਕਿ ਜਿਹੜਾ ਬਹੁਤ ਜ਼ਿਆਦਾ ਚਾਹਤਾ ਹੈ ਸਾਡਾ, ਕੌਣ ਹੈ ਇਹ ਤੇ ਪੁੱਛ ਨਹੀਂ, ਕੌਣ ਹੈ? ਫਿਰ ਬਸ ਫਿਰ ਅੱਲਾ ਤੇ ਛੋੜ ਦਿੰਦੇ। ਨਹੀਂ, ਆਪਣੀ ਗੱਲ ਤੇ ਅੜੇ ਰਹਿੰਦੇ ਨਹੀਂ, ਗਾਣਾ ਸਹੀ ਹੈ ਕਿ ਥੋੜਾ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਕਿ ਯਾਰ ਉਹਨੇ ਕਹਿ ਦਿੱਤਾ ਗਾਣਾ ਸਹੀ ਨਹੀਂ ਹੈ ਜਾਂ ਫਿਰ ਸਹੀ ਗਾਣਾ? ਨਹੀਂ, ਫਿਰ ਅੱਲਾ ਤੇ ਛੋੜ ਦਿੰਦੇ ਆ ਬਸ। ਅੱਛਾ, ਬੀਵੀ ਤੋਂ ਬਾਅਦ ਅੱਲਾ ਤੇ ਛੱਡ ਦਿੰਦੇ ਜਨਾਬ ਇਹ ਗਾਣਾ ਕਿ ਬਸ ਇਹ ਹਿੱਟ ਹੋਏਗਾ ਨਹੀਂ ਹੋਏਗਾ, ਜੋ ਵੀ ਹੋਏਗਾ ਮੈਦਾਨ ਵਿੱਚ ਆਏਗਾ ਵੇਖਿਆ ਜਾਏਗਾ। ਤੋ ਅੱਲਾ ਕਰਦਾ ਹੈ ਕਿ ਬਸ ਹਿੱਟ ਹੋ ਜਾ। ਤੇ ਅੱਜ ਕੱਲ ਕੀ ਕਰ ਰਹੇ ਹੋ ਮਸੀਕੀ ਦੇ ਹਵਾਲੇ? ਮਸੀਕੀ ਦਾ ਹੀ ਕੰਮ ਕਰ ਰਹੇ ਹਾਂ, ਉਹਦੇ ਵਿੱਚ ਸਾਰਾ ਟਾਈਮ ਜਿਹੜਾ ਹੈ ਮੌਸੀਕੀ ਨੂੰ ਦੇ ਰਹੇ ਹਾਂ। ਮੌਸੀਕੀ ਫੁੱਲ ਟਾਈਮ ਜੌਬ? ਇਸ ਟਾਈਮ ਤਾਂ ਫੁੱਲ ਜੌਬ, ਫੁੱਲ ਟਾਈਮ ਹੀ ਹੈ। ਤੇ ਕਿਚਨ ਕਿਵੇਂ ਰਨ ਕਰਦੇ ਹੋ? ਕਿਚਨ ਕਿਵੇਂ ਰਨ ਕਰਦੇ ਹੋ, ਐਕਸਪੈਂਸ ਕਿਵੇਂ ਬੀਅਰ ਕਰਦੇ ਹੋ? ਅਗਰ ਸਾਰਾ ਦਿਨ ਮੌਸੀਕੀ ਤੇ ਲੱਗੇ ਰਹਿੰਦੇ ਹੋ ਤੇ ਕਿਵੇਂ ਕੰਮ ਸ਼ਮ ਚੱਲਦਾ ਕਿ ਇੰਨਾ ਕਮਾ ਲੈਂਦੇ ਹੋ ਕਿ ਸਭ ਕੁਝ? ਬਸ ਇੰਨੇ ਇੱਕ ਆਡੀਓ ਕੈਸੇਟ ਹੈ, ਇੰਨੇ ਕੰਸਰਟ ਹੋ ਜਾਂਦੇ ਕਿ ਮੇਰਾ ਖਿਆਲ ਹੈ ਇਸੇ ਅਗਰ 10 ਕਨਸਰਟ ਕਰ ਲਵਾਂ ਤੇ ਸਾਲ ਦਾ ਆ ਜਾਂਦਾ, ਰਾਸ਼ਨ ਆ ਜਾਂਦਾ ਸਾਲ ਦਾ। ਤੇ ਕੀ ਇੱਕ ਕਨਸਰਟ ਦਾ ਕੀ ਚਾਰਜ ਕਰਦੇ ਹੋ ਇਸ ਵਾਰ? ਬਸ 2-2.5 ਲੱਖ। 2-2.5 ਲੱਖ? ਓ ਮਾਈ ਗੋਡ, ਸਿਰਫ 2-4 ਗਾਣੇ ਗਾਉਣ ਦਾ 2-2.5 ਲੱਖ ਰੁਪਇਆ? 2-4 ਗਾਣੇ ਨਹੀਂ ਹੁੰਦੇ, ਪੂਰੀ ਕਨਸਰਟ ਹੁੰਦੀ, 4 ਘੰਟੇ ਦਾ 1 ਮੰਥ ਸ਼ੋਅ ਹੁੰਦਾ। ਉਹ 4 ਘੰਟੇ ਵਿੱਚ ਸਾਨੂੰ 3 ਘੰਟੇ ਮਤਲਬ ਕੰਟੀਨਿਊਸ ਗਾਣਾ ਪੈਂਦਾ। 6-7 ਗਾਣੇ ਦੇ ਗਾਣੇ? 6-7 ਉਹ ਤੇ ਮਤਲਬ ਤੁਸੀਂ ਕਿਹੜਾ ਆਪ ਗਾ ਰਹੇ ਹੁੰਦੇ ਨੇ? 10 ਗਾਣੇ ਗਾਣੇ ਤੋਂ ਬਾਅਦ ਵੀ ਟਕਾਰ ਨਹੀਂ ਆਉਂਦਾ। 10 ਗਾਣੇ ਗਾਣ ਤੋਂ ਬਾਅਦ ਵੀ? ਲੇਕਿਨ ਤੁਸੀਂ ਤਾਂ ਪਿੱਛੇ ਸੀਡੀ ਚਲਾਉਣੀ ਹੁੰਦੀ ਹੈ ਨਾ? ਨਹੀਂ ਨਹੀਂ, ਅਸੀਂ ਲਾਈਵ ਕਰਦੇ ਹਾਂ, ਸੀਡੀ ਵਾਲਾ ਕੰਮ ਸਾਡਾ ਨਹੀਂ ਹੈ। ਇੰਪੋਸੀਬਲ ਹੈ, ਹੋ ਹੀ ਨਹੀਂ ਸਕਦਾ ਕਿ ਸੀਡੀ ਦੇ ਬਗੈਰ ਗਾ ਸਕਦੇ। ਅਗਰ ਤੁਸੀਂ ਸੀਡੀ ਤੋਂ ਬਗੈਰ ਗਾਉਂਦੇ ਹੋ ਥੋੜਾ ਜਿਹਾ ਸਾਡੇ ਵੀਅਰਸ ਨਾਲ ਸ਼ੇਅਰ ਕਰਕੇ ਦੱਸੋ ਕਿ ਤੁਸੀਂ ਸੀਡੀ ਦੇ ਬਗੈਰ ਗਾ ਸਕਦੇ, ਕਿਉਂਕਿ ਸਾਡੇ ਕੋਲ ਸੀਡੀ ਨਹੀਂ ਹੈ। ਚਲੋ ਜੀ, ਠੀਕ ਹੈ, ਅਗਰ ਤੁਸੀਂ ਕਹਿੰਦੇ ਹੋ ਤੇ ਅਸੀਂ ਸੁਣਾ ਦਿੰਦੇ ਹਾਂ, ਅਗਰ ਤੁਸੀਂ ਤੁਹਾਨੂੰ ਯਕੀਨ ਦਿਲਾਉਣ ਵਾਸਤੇ ਅਸੀਂ ਸੁਣਾ ਦਿੰਦੇ ਹਾਂ ਤੁਹਾਨੂੰ। ਲਾਲ ਜੋੜੇ ਮੈਂ ਚਲਦੀ ਮੁਝੇ ਛੋੜ ਕਰ, ਮੇਰੇ ਬਚਪਨ ਜਵਾਨੀ ਸੇ ਮੂੰਹ ਮੋੜ ਕਰ, ਲੜ ਤੋ ਸਕਤਾ ਥਾ ਦੁਨੀਆ ਸੇ ਤੇਰੇ ਲੀਏ, ਮੇਰੀ ਕਿਸਮਤ ਮੈਂ ਨਾ ਥੀ ਤੂੰ ਮੇਰੇ ਲੀਏ, ਬੇਦਰਦੀ ਸੇ ਪਿਆਰ ਕਾ ਸਹਾਰਾ ਨਾ ਮਿਲਾ, ਸਹਾਰਾ ਨਾ ਮਿਲਾ
ऐसा बिछड़ा वो मुझको दोबारा न मिला, बेदर्दी से प्यार का सहारा न मिला, सहारा न मिला, ऐसा बिछड़ा वो मुझको दोबारा न मिला, बेदर्दी से प्यार का। ये आई खबर उसकी शादी हो गई, हाँ शादी हो गई, यारो दिल के हमारे बर्बादी हो गई। ये आई खबर उसकी शादी हो गई, हाँ शादी हो गई, यारो दिल की हमारे बर्बादी हो गई, बेदर्दी से प्यार का सहारा न मिला, सहारा न मिला, ऐसा बिछड़ा वो मुझको दोबारा न मिला, बेदर्दी से प्यार का। ए, मेरा वो सॉन्ग जे जिन्हें बेवफा सनम इंडियन मूवी है गुलशन कुमार साहब दी और इधर ते मतलब लिप सिंग कीती है उन्हें अपना किशन कुमार साहब ने, यानी कि गाना मेरा है लेकिन पिक्चराइज उन्हें तो है शिल्पा शलूटकर और किशन कुमार थे, गुलशन कुमार का प्रा है और बहुत ज़्यादा फेम है। अगर भी बता देना कि फिर मैंने खबर मिली कि मैं मामू बन गया। दिस ब्रेक इज ब्रॉट टू यू बाय हबीब कुकिंग ऑयल। लेकिन कहने ने कि रेसिपी जिनी ही अच्छी क्यों ना हो लेकिन अच्छा क्यों या अच्छा ऑयल इस्तेमाल ना किया जाए तो कोई मज़ा नहीं। असं इस्तेमाल करने हबीब कुकिंग ऑयल, जेड़ा हबीब कुकिंग ऑयल का दावा है क्योंकि यह है दिल का मामला, तो हबीब ताड़े दिल का ख्याल रखते थे, तुसी रखते हो हबीब का ख्याल। इज अ न्यू पैकिंग ऑफ हबीब इज सो ब्यूटीफुल कि तुम वेखोगे तो बहुत ज़्यादा पसंद आएगी हबीब की नई पैकिंग, तुम हबीब की नई पैकिंग की हो जाएगी तुम सू जरूर दस सकते हो, तुम दस सकते हो सू कॉल करके या अपने चैनल लैटर लिख के तुम अपना कहो जहाँ लगता है हबीब की नई पैकिंग, हबीब का प्रोग्राम, हबीब खाना तो गाना जिसे असं तुम डिफरेंट किस्म की रेसिपीज दसते रहने। सलीम साढ़े नाल मौजूद ने, उन्होंने पूछ रहे हैं कि वो कितना पहुंचे। जी सलीम, बस जी तैयार हो गए। अच्छा, मैं क्या अजकल लोग बस में भी जी ला देते हैं ना कि बस जी तैयार हो गई है तो अच्छा जी खान में कदों मिलेगा जी? बस खान मिलने वाला है। ओके जी, तुम इनू सर्व करने की तैयारी करो तो असी करने इन्होंने कुछ गल साढ़े नाल मौजूद ने तो असी गल कर रहे बेवफा सनम दियाँ। अच्छा, पाकिस्तानी फिल्मों की भी प्लेबैक सिंगिंग? हाँ जी, पाकिस्तान कदी कदार अगर कोई मजबूरी हो मजबूरी देता है, वैसे जरूरत नहीं पैंदी। अच्छा, तो जो बाहर सड़कों पर जाते हो या बाहर निकलते हो तो जड़े फैनस होंगे ने तंग करते हैं या बड़े अच्छा लगता है या एवं इरीटेट होंगे यार की लोग पीछे पड़ जाते हैं? बस वो मतलब पीछे पैंदे हैं, शौकीन हैं, असं खुश होंगे कि चलो सानू अल्लाह ने शोहरत दी है तो वेख रहे हैं, गल कर रहे हैं, असीं खुश होंदे हां। मतलब ऐसे तरह जनाब जिवें तुसीं खुश होंदे हो हबीब भी बहुत खुश होंदा अपने अच्छे अच्छे हबीबां नूं बुला के ते स्पेशली अच्छे अच्छे खाने पका के ते बहुत ज़्यादा शोहरत हासिल करके। हबीब बहुत ज़्यादा पॉपुलर है जी, हर घर की जीनत बनया होया है। तुसीं हबीब को कितना इस्तेमाल किया? हाँ जी, असीं तकरीबन मेरे ख्याल है
10 साल तो ये इस्तेमाल कर रहे हैं। 10 साल तो इस्तेमाल कर रहे हैं जी, इज़ वेरी गुड बायर। सो हबीब वाले पेजन कहना जी बड़ा ये अच्छा जो गिफ्ट है, पर क्योंकि इन्हें अच्छे बायर जड़े 10 साल तो इस्तेमाल कर रहे हैं, लेकिन मैं बहुत अच्छे से इस्तेमाल करी है। प्लीज़ मुझे ये अच्छा जो गिफ्ट है पर भेज दो, क्योंकि मैं भी बहुत ज़्यादा इस्तेमाल कर रही हूँ हबीब कुकिंग ऑयल। देखिए हबीब खड़ा मसाला तैयार है, टेस्ट करो तो दसो कि खड़ा मसाला की कुछ बनाया। थैंक यू मैम सलीम, बहुत मज़ेदार तुम रेसिपी बना के दसी, लेकिन तुम लोगों ने जाना कितने क्योंकि प्रोग्राम के आखिर दसन वाली हाँ मैं तुम इस रेसिपी के इनग्रीडियंट एकदम अपेट ताकि तुम अपनी कार बना के खा सको, तो मैं दस सकूँ कि ताड़ा खाना किहो जहाँ बनया। जबरदस्त बनाया, बहुत मज़ा आया और दिल नहीं कर रहा छोड़न का कि मैं कह रहे हड्डी भी खा जाऊँ, यानी कि इतना मज़ेदार बनाया जनाब। अदनाली वी हैव वेरी शॉर्ट टाइम, सो अदनाली मैंने इजाज़त दो, अगले हफ्ते फिर मिलेंगे सेम टाइम सेम चैनल। बट एक गाना सुनते जाओ शायद अली खान का, अल्लाह। बिखरी बिखरी ज़ुल्फ़ तेरी पसीना माथे पर है, अरे सच तो ये है तुम गुस्से में और भी प्यारी लगती हो, राहें तक ना तारे गिना, अरे लोगों काम हमारा है आज, मगर क्या बात है तुम भी जागे जागे लगते हो, हो दिल तोड़ के हो दिल तोड़ के हंसती हो मेरा वफाएं मेरी याद करोगी, ओ दिल तोड़ के हो दिल तोड़ के हंसती हो मेरा वफाएं मेरी याद करोगी, ओ दिल तोड़ के कर याद वो जमाना मेरे प्यार का, चैन लूटना तू दिल के करार का, कर याद वो जमाना मेरे प्यार का, चैन लूटना तू दिल के करार का, हो जब दुनिया में हो जब दुनिया में मैं ना रहा तो किसे बर्बाद करोगी, ओ जब दुनिया में मैं ना रहा तो किसे बर्बाद करोगी, ओ दिल तोड़ के ओ दिल तोड़ के हंसती हो मेरा वफाएं मेरी याद करोगी, ओ दिल तोड़ के जब शाहिद की याद तुझे आएगी तेरी आंखों से ये नींद रूठ जाएगी, जब शाहिद की याद तुझे आएगी तेरी आंखों से ये नींद रूठ जाएगी, ओ तेरे दिल वाले ओ तेरे दिल वाले टूटे जब तार तो रो के फरियाद करोगी, ओ दिल तोड़ के ओ दिल तोड़ के हंसती हो मेरा वफाएं मेरी याद करोगी, ओ दिल तोड़ के मेहंदी प्यार वाली हाथों पे लगाओगी, घर मेरे बाद गैर का बसाओगी, मेहंदी प्यार वाली हाथों पे लगाओगी घर मेरे बाद गैर का बसाओगी, ओ मुझे मरने से ओ मुझे मरने से पहले ही यकीन था ये काम मेरे बाद करोगी, ओ मुझे मरने से पहले ही यकीन था ये काम मेरे बाद करोगी, ओ दिल तोड़ के हो दिल तोड़ के हंसती हो मेरा वफाएं मेरी याद
याद करूगी ओ दिल तोड़ के, हो दिल तोड़ के, हो दिल तोड़ के, हो दिल तोड़ के।